ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਤੋਂ ਫੀਸਾਂ ਮੰਗਣ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ। ਨਿੱਜੀ ਸਕੂਲਾਂ ਨੂੰ ਕੋਰੋਨਾ ਕਾਲ ਦੀ 70% ਦੀ ਟਿਊਸ਼ਨ ਫੀਸ ਲੈਣ ਦੇ ਹੁਕਮ ਅਤੇ ਹਾਈ ਕੋਰਟ ਦੇ 22 ਮਈ ਦੇ ਕੁੱਲ ਫੀਸ ਦਾ 70% ਵਸੂਲਣ ਅਤੇ ਸਟਾਫ ਨੂੰ 70% ਤਨਖਾਹ ਦੇਣ ਵਾਲੇ ਹੁਕਮਾਂ ਖਿਲਾਫ ਦਾਖਲ ਕੀਤੀ ਗਈਆਂ 10 ਅਰਜ਼ੀਆਂ ਸਮੇਤ ਧਾਰਾ 151 ਦੀ ਅਰਜ਼ੀ ਤੇ ਹਾਈ ਕੋਰਟ 'ਚ सुनवाई की गई है। तो कहा गया कि कोई भी अनएडेड निजी स्कूल विद्यार्थियों तो जबरन फीस वसूल नहीं कर सकेंगे। अदालत ने कहा कि किसी भी बच्चे नूं सिक्ख्या दे अधिकार तो वांझा नहीं किया जा सकता अते ना ही फीसा ना मिलने करके कोई बच्चे का स्कूल चो नाम कटिया जा सकता है। इस दौरान अदालत ने पंजाब भर के सारे नॉन एडेड स्कूलों के संचालक नूं 12 मई ਲਈ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ। ਅਰਜ਼ੀਆਂ ਦੇ ਮਾਧਿਅਮ ਦੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਤੇ ਗੁਰਜੀਤ ਕੌਰ ਬਾਗੜੀ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਜੇ ਕੀਤੀਆਂ ਮੰਗਾਂ ਅਤੇ ਨਿੱਜੀ ਸਕੂਲਾਂ ਉਹਨਾਂ ਦੀਆਂ 3 ਸਾਲਾਂ ਦੀਆਂ ਕਮਾਈ ਖਰਚ, ਸਟਾਫ ਦੀ ਗਿਣਤੀ ਅਤੇ ਤਨਖਾਹ ਦਾ ਬਿਊਰਾ ਦਾਖਲ ਕਰਨ, ਜਿਸ ਨਾਲ ਸਪਸ਼ਟ ਹੋ ਜਾਵੇ ਕਿ ਸਿਰਫ ਟਿਊਸ਼ਨ ਫੀਸ ਲੈਣ ਨਾਲ ਹੀ ਨਿੱਜੀ ਸਕੂਲ ਦੀ ਤਨਖਾਹ ਦੇ ਕੇ ਕਿੰਨੇ ਮੁਨਾਫਾ ਜਾਂ ਘਾਟੇ ਵਿੱਚ ਹੋ ਜਾਂਦੇ ਨੇ। ਮਾਪਿਆਂ ਵੱਲੋਂ ਮੁਫ਼ਤ ਕੇਸ ਲੜ ਰਹੇ ਚਰਨਪਾਲ ਸਿੰਘ ਬਾਗੜੀ ਨੇ ਅਦਾਲਤ ਦੇ ਸਾਹਮਣੇ ਮੁੱਦਾ ਚੁੱਕਿਆ ਕਿ ਪੰਜਾਬ 'ਚ ਕਈ ਜਗ੍ਹਾ ਨੈੱਟ ਦੀ ਸਹੂਲਤ ਹੀ ਨਹੀਂ ਹੈ ਜਾਂ ਵਿਦਿਆਰਥੀ ਨੈੱਟ ਦਾ ਇਸਤੇਮਾਲ ਕਰਨਾ ਹੀ ਨਹੀਂ ਜਾਣਦੇ। ਉਹਨਾਂ ਕੋਲ ਸਮਾਰਟਫੋਨ ਨਹੀਂ, ਉਹ ਆਨਲਾਈਨ ਕਿਵੇਂ ਪੜ੍ਹਾਈ ਕਰ ਸਕਦੇ ਨੇ? ਅਤੇ ਨਰਸਰੀ ਤੇ ਪਹਿਲੀ ਤੱਕ ਵਿਦਿਆਰਥੀਆਂ ਦੀ, ਜਿਨ੍ਹਾਂ ਦੀ ਉਮਰ ਸਿਰਫ 6 ਸਾਲ ਆ, ਉਹ ਆਨਲਾਈਨ ਪੜ੍ਹਾਈ ਕਰਨ 'ਚ ਸਮਰਥਵਾਨ ਹੀ ਨਹੀਂ। ਅਜਿਹੇ 'ਚ ਉਹਨਾਂ ਨੂੰ ਤਾਲਾਬੰਦੀ ਸਮੇਂ ਫੀਸ ਲੈਣ ਗੈਰ ਸੰਵਿਧਾਨਕ ਹੋਵੇਗਾ। ਉਹਨਾਂ ਅਦਾਲਤ 'ਚ ਕਿਹਾ ਕਿ ਅਦਾਲਤ 6 ਮਹੀਨੇ ਦੇ ਅੰਦਰ 2 ਕਿਸ਼ਤਾਂ 'ਚ ਫੀਸ ਲੈਣ ਲਈ ਕਿਹਾ ਸੀ, ਪਰ ਨਿੱਜੀ ਸਕੂਲ ਸੰਚਾਲਕਾਂ ਨੇ 10 ਦਿਨਾਂ ਦੇ ਅੰਦਰ ਹੀ ਫੀਸ ਜਮ੍ਹਾਂ ਕਰਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰਤਾ, ਜੋ ਅਦਾਲਤ ਦੇ ਹੁਕਮਾਂ ਦੇ ਖਿਲਾਫ਼ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ajnewala.com ਦੇ ਨਾਲ। ਸਰਦਾਰ ਗੁਰਜੀਤ ਸਿੰਘ, हर समस्या दा समाधान कर बैठे करवाओ। मनचाया कम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नूं अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच धोखा, सोतन जा दुश्मन तो छुटकारा, हर समस्या दा घर बैठे समाधान करवाओ। सरदार गुरजीत सिंह, अच्छी फोन करो